ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈਨੂੰ ਅੱਜ ਤੁਹਾਡੇ ਨਾਲ ਮੈਂ ਸੋਚਿਆ ਕੋਈ ਗੱਲਾਂ ਸਾਂਝੀਆਂ ਕਰਾਂ। ਕਿਸ ਗੱਲ ਦੀ ਮੈਨੂੰ ਉਡੀਕ ਸੀ, ਉਹ ਲਵ ਲੈਟਰ ਭਗਵੰਤ ਮਾਨ ਜੀ ਵੱਲੋਂ, ਅਸਲ 'ਚ ਉਹਨਾਂ ਵੱਲੋਂ ਨਹੀਂ ਆਈ, ਇਸ ਗੱਲ ਦਾ ਦੁੱਖ ਹੈ। ਮਗਰ ਜਿਹੜੀ ਉਹਨਾਂ ਦੀ ਹੋਮ ਮਿਨਿਸਟਰ ਨੇ, ਉਸ ਸੂਬੇ ਦੇ ਚੀਫ ਮਿਨਿਸਟਰ ਨੇ, ਉਹਨਾਂ ਦੀ ਪੁਲਿਸ ਫੋਰਸ ਵੱਲੋਂ ਮੈਨੂੰ ਇੱਕ ਉਹਨਾਂ ਦੀ ਚਿੱਠੀ ਆਈ ਹੈ ਕਿ ਸਾਡੇ ਦਫ਼ਤਰ 'ਚ ਪੇਸ਼ ਹੋ। ਮਨ ਨੂੰ ਤਸੱਲੀ ਬੜੀ ਹੋਈ ਕਿ ਮਾਨ ਸਾਹਿਬ ਤੇਰੇ ਸੀਨੇ 'ਤੇ ਸੱਟ ਮਾਰਨੀ ਸੀ, ਠਾ ਵੱਜੀ ਹੈ ਜਾ। ਦੁੱਖ ਇਸ ਗੱਲ ਦਾ, ਸਵਾਦ ਤਾਂ ਆਉਂਦਾ ਮਿੱਤਰਾ ਜੇ ਤੂੰ ਕਿਤੇ ਮੈਨੂੰ ਸੱਦਿਆ ਹੁੰਦਾ, ਤੇਰੇ ਨਾਲ ਸਿੱਧੇ ਦੋ ਦੋ ਹੱਥ ਕੀਤੇ ਹੁੰਦੇ, ਤੇਰੀ ਉਹ ਤਸੱਲੀ ਕਰਾ ਕੇ ਮੈਂ ਮੁੜਨੀ ਸੀ ਕਿ ਜੋ ਪੰਜਾਬੀਆਂ ਨੂੰ, ਪੰਜਾਬੀਆਂ ਪੰਜਾਬ ਨਾਲ ਜੋ ਤੂੰ ਧੋਖਾ ਕਰ ਰਿਹਾ, ਸ਼ਾਇਦ ਕਿਤੇ ਤੈਨੂੰ ਅਕਲ ਆ ਜਾਂਦੀ ਕਿ ਨਹੀਂ ਭਾਈ ਮੈਂ ਬਹੁਤ ਵੱਡੀ ਝੂਠ ਅਤੇ ਗੱਪ ਦੀ ਰਾਜਨੀਤੀ ਹਾਂ, ਉਹ ਤੋਂ ਬਾਅਦ ਆ ਜਾਂਦਾ। ਚਲੋ, ਮਗਰ ਮੈਂ ਜਿਵੇਂ ਜ਼ਿਕਰ ਕੀਤਾ ਆ ਪਿਆਰ ਭਰੀ ਚਿੱਠੀ, ਸਿਰਫ ਇਸ ਲਈ ਐਡੀ ਦਰਦ ਹੋ ਗਈ ਭਾਊ, ਇਹ ਤਾਂ ਹਲੇ ਸ਼ੁਰੂਆਤ ਹੈ। ਮਾਨ ਸਾਹਿਬ ਮੈਨੂੰ ਉਹਨਾਂ ਕਮਜ਼ੋਰ ਲੀਡਰਾਂ 'ਚੋਂ ਨਾ ਸਮਝ ਲਈ ਜਿਨ੍ਹਾਂ ਨੂੰ ਤੂੰ ਰਾਤ ਦੇ ਹਨੇਰੇ ਮਿਲਦਾ ਰਿਹਾ ਜਾਂ ਮਿਲ ਕੇ ਸੌਦੇਬਾਜ਼ੀ ਕਰਦਾ ਰਿਹਾ, ਨਾ ਤੇਰੇ ਨਾਲ ਕੋਈ ਸੌਦਾ, ਠੋਕ ਕੇ ਗੱਲ ਕਰੂੰ, ਅੱਜ ਵੀ ਕਰੂੰ, ਕੱਲ੍ਹ ਵੀ ਕਰੂੰ, ਪਰਸੋਂ ਵੀ ਕਰੂੰ, ਔਰ ਜਿੱਥੇ ਜ਼ੋਰ ਲੱਗਦਾ ਜ਼ੋਰ ਲਾ ਲਈ ਮਿੱਤਰਾ। ਹਾਂ, ਇਹ ਵੀ ਮੈਂ ਸਮਝ ਸਕਦਾ ਮਜਬੂਰੀ ਕੀ ਹੈ, ਆਹ ਹਥਕੰਡੇ ਕਿਸੇ ਪੁਲਿਸ ਨੂੰ ਵਰਤਣਾ, ਕਿਸੇ ਹੋਰ ਏਜੰਸੀ ਨੂੰ ਵਰਤਣਾ ਕਿ ਕਿਤੇ ਤੁਸੀਂ ਦੱਬ ਲਓਗੇ, ਦੱਬਣਾ ਤਾਂ ਭਾਊ ਤੈਨੂੰ ਮੈਂ ਹੈ, ਔਰ ਟਕਾ ਕੇ ਦੱਬੂ ਜਿਵੇਂ ਤੂੰ ਲੋਕਾਂ ਨੂੰ ਦੱਬਣ ਨੂੰ ਫਿਰਦਾ। ਮੀਡੀਆ ਨੂੰ ਤੁਸੀਂ ਗਾਇਬ ਕਰ ਛੱਡਿਆ, ਮੀਡੀਆ 'ਚ ਤੁਸੀਂ ਖਬਰ ਨਹੀਂ ਲੱਗਣ ਦਿੰਦੇ, ਜੇ ਕੋਈ ਲਾ ਦਿੰਦਾ ਤਾਂ ਉੱਤੇ ਪਰਚਾ ਕਰ ਦਿੰਦੇ। ਉਹ ਕੱਲ੍ਹ ਵੀ ਲੋਕਾਂ ਨੂੰ ਪਤਾ ਹੀ ਹੈ ਕਿਵੇਂ DGP ਸਾਹਿਬ ਦਾ ਦਫ਼ਤਰ ਵਰਤਿਆ ਗਿਆ ਖਬਰਾਂ ਰੋਕਣ ਵਾਸਤੇ। ਚਲੋ, ਉਹ ਗੱਲ ਵੱਖਰੀ ਹੈ। ਮਗਰ ਅੱਜ ਮੈਂ ਇਹ ਵੀ ਦੱਸਦਿਆਂ ਪੰਜਾਬੀਆਂ ਨੂੰ ਕਿ ਇਹਨਾਂ ਨੇ ਇੱਕ ਜਿਹੜਾ ਝੂਠਾ ਕੇਸ ਮੇਰੀ ਧਰਮ ਪੱਤਰੀ ਅਤੇ MLA 'ਤੇ ਪਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਹਦੇ 'ਚ ਇਹਨਾਂ ਦੀ ਚੀਫ ਮਿਨਿਸਟਰ, ਉਹਨਾਂ ਦਾ ਚੀਫ ਮਿਨਿਸਟਰ ਦਾ ਆਫਿਸ, ਪੰਨੂ, ਇਹ ਸਾਰੇ ਉਹਦੇ 'ਚ ਪ੍ਰੋਡਿਊਸਰ ਡਾਇਰੈਕਟਰ ਸਨ। ਅੱਜ ਆਨਰੇਬਲ ਹਾਈ ਕੋਰਟ ਨੇ ਉਹਦੇ 'ਤੇ ਸਟੇਅ ਲਾ ਦਿੱਤੀ ਹੈ ਔਰ ਆਪਦਾ ਆਰਡਰ ਉਹ ਬੜੀ ਛੇਤੀ ਅਪਲੋਡ ਹੋ ਜੂਗਾ, ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਇਸ ਲਈ ਬੜੀ ਛੇਤੀ ਮਿਲਾਂਗੇ, ਆਰਾਮ ਨਾਲ ਬਹਿ ਕੇ ਮੈਂ ਤੁਹਾਡੇ ਰੂਬਰੂ ਹੋਊਂਗਾ, ਸਾਰੀਆਂ ਗੱਲਾਂ ਖੁੱਲ੍ਹ ਕੇ ਕਰੂੰਗਾ। ਮਗਰ ਅੱਜ ਸਿਰਫ ਇੱਕ ਤਲਾਹ ਦੇਣੀ ਸੀ, ਬ੍ਰੇਕਿੰਗ ਨਿਊਜ਼। ਮਗਰ ਦੁੱਖ ਇਸ ਗੱਲ ਦਾ ਹੈ ਕਿ ਸੱਦਾ ਪੱਤਰ ਮੁੱਖ ਮੰਤਰੀ ਵੱਲੋਂ ਨਹੀਂ ਆਇਆ, ਜਿਹੜੀ ਮੈਨੂੰ ਆਸ ਸੀ ਕਿ ਆਊਗੀ ਔਰ ਮੈਂ ਉਡੀਕ ਕਰਦਾ ਸੀ। ਜੀ, ਦੋ ਦਿਨ ਲੇਟ ਹੋ ਗਏ, ਕੱਲ੍ਹ ਬੜੀਆਂ ਮੀਟਿੰਗਾਂ ਸ਼ੀਟਿੰਗਾਂ ਕੀਤੀਆਂ, ਦਬਕੇ ਵੀ ਮਾਰੇ ਗਏ ਕਿ ਸੱਦੋ ਭਾਈ ਉਹਨੂੰ ਸੱਦੋ। ਭਾਈ, ਦਬਕਿਆਂ ਦੀ ਤਾਂ ਲੋੜ ਨਹੀਂ, ਤੂੰ ਸਿਰ ਮੁੱਖ ਮੰਤਰੀ ਆ, ਤੇਰਾ ਆਰਡਰ ਚੱਲਣਾ, ਅਸੀਂ ਆਵਾਂਗੇ, ਥੋਕ ਵਜਾ ਕੇ ਆਵਾਂਗੇ ਔਰ ਤੇਰਾ ਪਰਦਾ ਫਾਸ਼ ਕਰਾਂਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਪੰਜਾਬ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਅੱਜ ਦੀ ਆਵਾਜ਼ ਦੇ ਫੇਸਬੁੱਕ ਪੇਜ ਨੂੰ ਲਾਈਕ ਕਰੋ, ਪੇਜ ਫੋਲੋ ਕਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰੋ। ਦੇਸ਼ ਵਿਦੇਸ਼ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਖਬਰਾਂ ਲਈ ਤੁਸੀਂ ਸਾਡੇ YouTube ਚੈਨਲ ਅੱਜ ਦੀ ਆਵਾਜ਼ ਨੂੰ ਸਬਸਕ੍ਰਾਈਬ ਕਰੋ। ਹਰ ਇੱਕ ਤਰ੍ਹਾਂ ਦੀ ਲੇਟੈਸਟ ਬ੍ਰੇਕਿੰਗ ਖਬਰ ਲਈ ਸਾਨੂੰ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਵੀ ਫੋਲੋ ਕਰੋ। ਦੇਸ਼ ਵਿਦੇਸ਼ ਦੀ ਹਰ ਇੱਕ ਤਰ੍ਹਾਂ ਦੀ ਖਬਰ ਹੁਣ ਤੁਹਾਨੂੰ ਮਿਲੇਗੀ ਸਿਰਫ ਅੱਜ ਦੀ ਆਵਾਜ਼ ਦੇ ਉੱਤੇ। ਤੁਸੀਂ ਅੱਜ ਦੀ ਆਵਾਜ਼ ਦਾ ਈ-ਪੇਪਰ ਐਡੀਸ਼ਨ ਪੜ੍ਹਨ ਲਈ ਸਾਡੀ ਵੈਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ। ਕੈਨੇਡਾ ਹੋਵੇ ਜਾਂ ਫਿਰ ਇੰਗਲੈਂਡ, ਅਮੈਰੀਕਾ ਹੋਵੇ ਜਾਂ ਫਿਰ ਆਸਟ੍ਰੇਲੀਆ, ਪੰਜਾਬੀ ਭਾਈਚਾਰੇ ਨਾਲ ਜੁੜੀ ਹਰ ਇੱਕ ਖਬਰ ਪਹੁੰਚਾਈ ਜਾਵੇਗੀ ਤੁਹਾਡੇ ਤੱਕ। ਚੁੱਕੇ ਜਾਣਗੇ ਮਸਲੇ, ਹੋਵੇਗੀ ਹੱਕ ਦੀ ਗੱਲ। ਗਰੀਬਾਂ ਅਤੇ ਪਿਛੜਿਆਂ ਦਾ ਇੱਕੋ ਇੱਕ ਭਰੋਸੇਮੰਦ ਨਿਊਜ਼ ਚੈਨਲ ਅੱਜ ਦੀ ਆਵਾਜ਼। ਰੋਜ਼ਾਨਾ ਅੱਜ ਦੀ ਆਵਾਜ਼, ਪੰਜਾਬ ਦੀ ਭਰੋਸੇਮੰਦ ਅਖ਼ਬਾਰ।